ਔਰ ਖਾਸ ਹਦਾਇਤ ਇਹ ਵੀ ਪਹਿਲਾਂ ਵਾਂਗੂ ਜਿਵੇਂ ਪਿਛਲੀ ਵਾਰੀਆਂ ਪਹਿਲੀਆਂ ਸਰਕਾਰਾਂ ਵੇਲੇ ਹੁੰਦਾ ਸੀ ਵੀ ਨਰਮੇ ਵਾਲੇ ਨੂੰ ਝੋਨੇ ਦਾ ਮਿਲ ਗਿਆ ਝੋਨੇ ਵਾਲੇ ਨੂੰ ਨਰਮੇ ਦਾ ਮਿਲ ਗਿਆ ਹੈ ਤੇ ਉਹ ਮਿਲ ਮਿਲਾ ਕੇ ਕਰ ਜਾਂਦੇ ਸੀ ਉਹ ਕੋਈ ਨਹੀਂ ਔਰ 1 ਰੁਪਏ ਦੀ ਕਿਸੇ ਨੂੰ ਰਿਸ਼ਵਤ ਨਹੀਂ ਦੇਣੀ ਸਾਰਾ ਕੁਝ ਟਰਾਂਸਪੇਰੈਂਟ ਹੋਣਾ ਔਰ ਪਹਿਲਾਂ 12000 ਰੁਪਿਆ ਪਰ ਏਕੜ ਮਿਲਦਾ ਹੁੰਦਾ ਸੀ ਜਿਹਦੀ 75 ਤੋਂ ਲੈ ਕੇ 100 ਪਰਸੈਂਟ ਤੱਕ ਖਰਾਬਾ ਹੁੰਦਾ ਸੀ ਇਸ ਵਾਰ 15000 ਸੋ ਪਿਛਲੀ ਵਾਰ ਨਾਲੋਂ 25% 25% ਹਾਂਜੀ 25% ਹਾਂ ਸਾਰੇ ਜਿਹੜੇ ਜਿਹੜੇ ਬ੍ਰੈਕਟਸ ਆ ਉਹਨਾਂ ਚ ਇਹ ਹੋ ਜਾਣਾ ਸੋ ਮੇਰੇ ਨਾਲ ਸਾਡੇ ਤਹਿਸੀਲਦਾਰ ਸਾਹਿਬ ਸਾਡੇ ਚੀਫ ਐਗਰੀਕਲਚਰ ਅਫਸਰ ਇਹਨਾਂ ਦਾ ਸਾਰਾ ਮਹਿਕਮੇ ਦੀ ਟੀਮ ਸਾਰੇ ਅਸੀਂ ਲੱਗੇ ਹੋਏ ਆਂ ਔਰ ਜਲਦੀ ਤੋਂ ਜਲਦੀ ਪੂਰੇ ਟਰਾਂਸਪੇਰੈਂਟ ਤਰੀਕੇ ਨਾਲ ਪਾਰਦਰਸ਼ੀ ਤਰੀਕੇ ਨਾਲ ਔਰ ਕਿਉਂਕਿ ਲੋਕਾਂ ਦੇ ਸੇਵਾਦਾਰ ਆ ਤਾਂ ਸੇਵਾਦਾਰ ਜਿਹੜੀ ਮੁਸ਼ਕਲ ਦੀ ਘੜੀ ਚ ਨਾਲ ਖੜੇ ਤੇ ਉਹ ਸਾਡਾ ਫਰਜ਼ ਆ ਉਸ ਉਸ ਫਰਜ਼ ਦੇ ਤਹਿਤ ਜਿੱਥੇ ਕਿੰਨਾ ਕ ਨੁਕਸਾਨ ਹੋਇਆ ਅੱਜ ਤੁਹਾਨੂੰ ਬੜਾ ਜਿਹੜਾ ਗਰਾਊਂਡ ਲੈਵਲ ਤੇ ਜਾ ਕੇ ਸਾਰੇ ਪਿੰਡਾਂ ਦੇ ਵਿੱਚ ਸਰਚ ਕਰਕੇ ਤੇ ਦੇਖੋ ਨੁਕਸਾਨ ਤਾਂ ਹੋਇਆ ਹੀ ਆ ਨੁਕਸਾਨ ਹੋਇਆ ਪਰ ਆਪਣੇ ਲੋਕ ਤਕੜੇ ਆ ਗੁਰੂ ਸਾਹਿਬ ਦੀ ਕਿਰਪਾ ਗੁਰੂ ਸਾਹਿਬ ਨੇ ਜੇ ਇਹ ਇੱਥੇ ਨੁਕਸਾਨ ਸਤਿਪਾਸ਼ਾ ਮੇਰ ਕਰਨਗੇ ਸਾਨੂੰ ਪੂਰਾ ਵੀ ਕਰਾਉਣਗੇ ਸਰਕਾਰ ਵੀ ਨਾਲ ਖੜੀ ਆ ਸੋ ਨੁਕਸਾਨਤਾ ਇਸ ਵਾਰ ਹੋਇਆ। ਸੰਧਵਾ ਸਾਹਿਬ ਇੱਕ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿਉਂਕਿ ਜਦੋਂ ਕਿਸੇ ਦੇ ਠੇਕੇ ਤੇ ਕਿਸੇ ਕਿਸਾਨ ਕੋਲ ਜਮੀਨ ਲਈ ਹੁੰਦੀ ਹੈ ਨਾ ਆਪਣੇ ਜ਼ਿਆਦਾਤਰ ਜਿਆਦੇ ਠੇਕੇ ਤੇ ਵਾਈ ਕਰ ਰਹੇ ਆ ਤਾਂ ਇਸ ਵਾਰ ਪਹਿਲੀ ਵਾਰ ਸਰਕਾਰ ਨੇ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਕਿ ਜਿਹੜਾ ਵਾਈ ਕਰਦਾ ਉਸੇ ਜਿਹੜਾ ਕਿਸਾਨ ਨੂੰ ਜਿਹੜਾ ਇਹ ਮੁਆਵਜ਼ਾ ਮਿਲੂਗਾ। ਇਹਹੀ ਕੋਸ਼ਿਸ਼ ਕੀਤੀ ਜਾਏਗੀ ਔਰ ਇਹਦੇ ਸੰਬੰਧ ਦੇ ਵਿੱਚ ਕੀ ਕੀ ਹੋਰ ਕੋਈ ਇਨਸਟਰਕਸ਼ਨ ਦੀ ਲੋੜ ਆ ਉਹ ਵੀ ਜਾਰੀ ਕਰਾਉਣ ਦੀ ਕੋਸ਼ਿਸ਼ ਕਰਾਂਗੇ।